ਹਾਂਜੀ, ਕਿੱਦਾਂ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਜੀ। ਆਸ਼ਾ ਕਰਦੇ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗੇ ਆਪਣਾ ਅੱਜ ਦਾ ਵਲੌਗ। ਸੋ ਟਾਈਮ ਜਿਹੜਾ ਹੋ ਚੁੱਕਿਆ 6 ਵੱਜ ਗਿਆ ਅਤੇ ਅੱਜ ਆਪਾਂ ਉੱਠੇ ਸੀਗੇ 4:40 'ਤੇ, ਕਿਉਂਕਿ ਕੱਲ੍ਹ ਪਹਿਲਾਂ ਤਾਂ ਸਾਡਾ ਪਲੈਨ ਕੋਈ ਹੈ ਨਹੀਂ ਸੀਗਾ, ਅਤੇ ਬਾਅਦ ਦੇ ਵਿੱਚ ਚਲੋ ਸ਼ਾਮਾਂ ਦਾ ਬਣ ਗਿਆ ਵੀ ਚਲੋ ਜਾ ਆਵਾਂਗੇ ਭੂਆ ਕੇ ਪਿੰਡ, ਭੂਆ ਨੂੰ ਮਿਲ ਆਵਾਂਗੇ। ਕਿਉਂਕਿ ਤੁਹਾਨੂੰ ਪਤਾ ਕਿਸੇ ਨਾ ਕਿਸੇ ਕਾਰਨਾਂ ਕਰਕੇ ਪਿਛਲੇ ਹਫ਼ਤੇ ਤਾਂ ਆਪਣੇ ਤੋਂ ਜਾਇਆ ਨਹੀਂ ਗਿਆ, ਉਦੋਂ ਉਹਨਾਂ ਨੇ ਕਿਤੇ ਜਾਣਾ ਸੀਗਾ। ਅਤੇ ਅੱਜ ਕੱਲ੍ਹ ਭੂਆ ਜੀ ਦਾ ਫੋਨ ਆਇਆ ਮੈਨੂੰ, ਮੈਂ ਤਾਂ ਪਹਿਲਾਂ ਦੇਤਾ ਸੀਗਾ ਜਵਾਬ ਸਾਫ਼ ਹੀ, ਮੈਂ ਕਿਹਾ ਭੂਆ ਸਾਡੇ ਤੂੰ ਆ ਜਾਣਾ, ਭੂਆ ਕੋਸੀ ਜੋ ਕੇ, ਕਹਿੰਦੀ ਅੱਛਾ ਆਇਆ ਨਹੀਂ ਜਾਣਾ। ਮੈਨੂੰ ਕਹਿੰਦੀ ਕਿਉਂ ਆ ਜਾਊਗਾ, ਮੈਂ ਕਿਹਾ ਭੂਆ ਤੁਸੀਂ ਤਾਂ ਝੋਨਾ ਝਾਨਾ ਲਾ ਕੇ ਵਿਹਲੇ ਹਾਂ ਰਿਹਾ ਸਪਰੇਆਂ ਕਰਕੇ, ਹੈ ਸਾਨੂੰ ਹਜੇ, ਮੈਂ ਕਿਹਾ ਅਸੀਂ ਸਾਨੂੰ ਫਿਕਰ ਪਈ ਵੀ ਆ ਵੀ ਜੇ ਕੁਛ ਲਾਵਾਂਗੇ ਬਾਅਦ 'ਚ ਤਾਂ ਕੋਈ 2 ਪੈਸੇ ਆਉਣਗੇ ਤਾਂ ਕੁਛ ਖਾਵਾਂਗੇ। ਭੂਆ ਕਹਿੰਦੀ ਮੈਂ ਤੈਨੂੰ ਜਾਣਦੀ ਹੈਗੀ ਵੱਡੇ ਕੰਮੇ ਨੂੰ, ਅਤੇ ਜਦੋਂ ਤੇਰਾ ਆਪਦਾ ਜੀ ਕਰੇ ਭਾਵੇਂ ਕਿੰਨਾ ਮਰਜ਼ੀ ਕੰਮ ਪਿਆ ਹੋਵੇ ਤੂੰ ਕਿਸੇ ਦੀ ਨਹੀਂ ਸੁਣਨੀ, ਤੂੰ ਜਾ ਹੀ ਵੜਨਾ ਹੁੰਦਾ ਜਿੱਥੇ ਜਾਣਾ ਹੁੰਦਾ। ਮੈਂ ਕਿਹਾ ਭੂਆ ਮੇਰਾ ਤਾਂ ਹੈਗਾ ਸਾਫ਼ ਜਵਾਬ, ਬਾਕੀ ਮੈਂ ਕਿਹਾ ਤੂੰ ਘਰੋਂ ਪੁੱਛ ਲਾ। ਫਿਰ ਮੈਂ ਘਰੇ ਇਹਨਾਂ ਦੀ ਪਲੈਨਿੰਗ ਬਣ ਗਈ, ਮੰਮੀ ਵਰਗੇ ਕਹਿੰਦੇ ਜਾ ਆਇਓ, ਫਿਰ ਤਾਂ ਕਰਕੇ ਅੱਜ ਜਦੋਂ ਤੁਸੀਂ ਜਵਾਬ ਦਿੱਤਾ ਸੀ ਨਾ, ਅਸੀਂ ਤਾਂ ਡੈਡੀ ਨੂੰ ਲੈ ਕੇ ਜਾਣ ਵਾਸਤੇ ਪੱਕੀ ਸਲਾਹ ਬਣਾ ਲਈ ਸੀ, ਅਸੀਂ ਕਿਹਾ ਅਸੀਂ ਡੈਡੀ ਨੂੰ ਹੀ ਲੈ ਕੇ ਜਾਵਾਂਗੇ, ਦਿਲ ਖੁਸ਼ ਨੇ ਸਾਨੂੰ ਜਵਾਬ ਦਿੱਤਾ ਸੀ। ਚਲੋ ਉਹ ਯਾਰ, ਫਿਰ ਡੈਡੀ ਡੈਡੀ ਦੇ ਮੂੰਹ ਚੋਂ ਆਇਆ ਨਿਕਲ ਗਿਆ, ਡੈਡੀ ਕਹਿੰਦਾ ਨਹੀਂ ਕਿੱਥੇ ਜਾਇਆ ਜਾਂਦਾ, ਅਸੀਂ ਕਿਹਾ ਡੈਡੀ ਇੱਕ ਵਾਰੀ ਹਾਂ, ਡੈਡੀ ਵੀ ਕਹਿੰਦਾ ਨਹੀਂ ਜਾਇਆ ਜਾਣਾ, ਅਤੇ ਹੋਰ ਡੈਡੀ ਨੇ ਪਹਿਲਾਂ ਸਾਨੂੰ ਜਵਾਬ ਦਿੱਤਾ। ਫਿਰ ਚੱਕਰ ਆਇਆ ਬਈ ਯਾਰ, ਆਪਾਂ ਤਾਂ ਆ ਨਾ ਜੇ ਹੁਣ ਸਬਜ਼ੀ ਲੱਗੀ ਜਾਂਦੀ, ਹੁਣ ਦਿਨ ਵਧੀਆ ਲੱਗੀ ਜਾਂਦੇ ਹੈਗੇ ਨਾ ਹਫ਼ਤੇ ਦੇ ਵਿੱਚ ਜੇ ਆ ਇਹ ਵੀਕ ਦੇ ਵਿੱਚ ਸਾਰਾ ਵਾਹਣ ਆਪਾਂ ਭਰ ਦਿਆਂਗੇ ਤਾਂ ਵਧੀਆ ਹੀ ਆ, ਗੇਤਾ ਹੋ ਜੂਗਾ, ਸਾਰਾ ਕੁਛ ਉੱਗ ਰਿਹਾਊਗਾ, ਮੌਸਮ ਵਧੀਆ ਹੈਗਾ, ਨਾ ਬਾਹਲੀ ਨਜਾਇਜ਼ ਗਰਮੀ ਆ, ਠੰਡ ਤਾਂ ਤੁਹਾਨੂੰ ਪਤਾ ਹੈ ਹੀ ਨਹੀਂ ਗੀ, ਹੈ ਨਾ। ਸੋ ਤਾਂ ਕਰਕੇ ਹੈਗੀ ਊਂ, ਵੈਸੇ ਹੁਣ ਮੌਸਮ ਤੂੰ ਵੇਖ ਦਵਿੰਦਰ ਊਂ ਠੰਡਾ ਨਾ ਤੁਹਾਨੂੰ ਲੱਗੀ ਜਾਂਦਾ ਪਰ ਪਸੀਨਾ ਆਈ ਜਾਂਦਾ, ਸ਼ਾਮ ਨੂੰ ਵੀ ਊਂ ਤਾਂ ਠੰਡਾ ਹੁੰਦਾ, ਧੁੱਪ ਨਹੀਂ ਹੁੰਦੀ ਪਰ ਊਂ ਗਰਮੈਸ਼ ਹੁੰਦੀ, ਗਰਮੈਸ਼ ਹੁੰਦੀ ਹੈਗੀ। ਬਾਕੀ ਯਾਰ ਆ ਮੇਰੇ ਹਿਸਾਬ ਨਾਲ ਅੱਜ 15 ਤਰੀਕ ਹੋ ਗਈ ਲੈ ਬਈ ਯਾਰ, ਅੱਜ ਤੁਹਾਡੇ ਵੀਰ ਨੇ ਭਾਰ ਵੀ ਤੋਲਣਾ ਹੈਗਾ, ਦੇਖਾਂਗੇ 100 ਤੋਂ ਕਿੰਨਾ ਘਟਿਆ ਹੈਗਾ, ਪੂਰਾ ਪ੍ਰੋਪਰ 100 ਸੀਗਾ ਪਿਛਲੇ ਦੀ ਜਦੋਂ ਤੋਲਿਆ ਸੀਗਾ, ਅਤੇ ਨਾਲੇ ਬਸ ਮੇਰੇ ਹਿਸਾਬ ਨਾਲ ਇੱਕ ਅੱਧੇ ਦਿਨ ਨੂੰ ਸੰਗਰਾਂਦ ਹੋਣੀ ਆ, ਭਾਦੋ ਤਾਂ ਐਂ ਕੱਢਤੀ ਚੁਟਕੀਆਂ ਮਾਰ ਮਾਰੀ ਆਪਾਂ, ਅਤੇ ਲਓ ਵੀ ਹੁਣ ਸੈਰ ਕਰ ਲਈਏ, ਫਿਰ ਆ ਕੇ ਘਰੇ ਬਣਾਉਣੇ ਸਲਾਹ ਕਿੰਨੇ ਕੁ ਵਜੇ ਜਾਣਾ। ਵੈਸੇ ਤਾਂ ਸਾਡਾ ਆਏ ਹਾਂ ਵੀ ਅਸੀਂ 8 ਵਜੇ ਨੂੰ ਨਾ ਫਲਾਈ ਕਰ ਜਾਈਏ ਇੱਥੋਂ ਘਰੋਂ। ਹਾਂ ਸੱਚ, ਪਹਿਲਾਂ ਇਹਨਾਂ ਦੇ ਕੱਪੜੇ ਫੜ ਕੇ ਲਿਆ ਕੇ ਦੇਣੇ, ਦਵਿੰਦਰ ਦੇ ਸੂਟ ਸਾਟ ਸਿਉਂ ਉੱਤੇ ਪਏ ਹੈਗੇ, ਅਤੇ ਉਹ ਤੋਂ ਬਾਅਦ ਚੱਲ ਉਹ ਤਾਂ ਕੋਈ ਨਹੀਂ, ਉਹ ਤਾਂ ਜਾ ਆਉਣਾ, ਉਹ ਤਾਂ ਹੁਣੇ ਆਪਾਂ 1.5 ਘੰਟੇ 'ਚ ਮੁੜਿਆ ਆਉਣਾ ਹੈਗਾ, ਉਦੋਂ ਬਾਅਦ ਜਾਇਆ ਮੈਂ ਅਤੇ ਵੀਰਪਾਲ, ਅਤੇ ਲਓ ਵੀ ਹੁਣ ਸੈਰ ਕਰ ਲਈਏ ਫਟਾਫਟ, ਦਬਾ ਦਬ ਉਹ ਤੋਂ ਬਾਅਦ ਚੱਲਾਂਗੇ। ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਾ। ਲੈ ਬੱਲੇ 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 ਬਈ, ਆਪਣੀਆਂ ਨਾ ਗੁੱਡੀਆਂ ਦੇ ਵਿੱਚ ਕੈਮਰੇ ਲਵਾਏ ਹੋਏ ਹੈਗੇ ਆਪਣੇ, ਅਤੇ ਤਾਂ ਕਰਕੇ ਲਾਂਘਾਵਾਂਗਾ, ਸਾਨੂੰ ਰਿਸ਼ਤੇਦਾਰਾਂ ਦੇ ਵੀ ਫੋਨ ਆਉਂਦੇ ਆ ਵੀ ਗੁੱਡੀਆਂ ਨਹੀਂ ਆ ਤੁਸੀਂ ਕੈਮਰੇ ਲਾਏ ਵੀ ਆ, ਮੈਂ ਕਹਿ ਦਿੰਦਾ ਹਾਂਜੀ। ਲਓ ਵੀ ਗੱਡੀ ਗੁੱਡੀ ਤਾਂ ਉਹਦੇ ਅੱਖ ਨੂੰ ਬਾਹਰ ਖੋਲ੍ਹ ਕੇ ਰੱਖਿਆ ਪਿਆ ਹੈਗਾ, ਅਤੇ ਗੱਡੀ ਦੀ ਮਾੜੀ ਸੈਲਫ ਮਾਰ ਹੀ ਦੇਗੇ ਫਿਰ, ਬਸ ਹੁਣ ਆਪਾਂ ਕਿਉਂਕਿ ਜਿਉਣਾ ਹੀ ਹੈਗਾ। ਮੈਨੂੰ ਤਾਂ ਐਂ ਲੱਗਦਾ ਬੌਂਕਰ ਬੁੰਕਰ ਮਾਰਤੀ ਹੁੰਦੀ ਹੈ, ਜਿਵੇਂ ਮਾਰਤਾ ਝਾੜੂ ਹੈਂ, ਅਤੇ ਪੋਚਾ ਲਾਓ ਫਿਰ, ਪਾਣੀ ਦਾ ਮੈਨੂੰ ਕੱਪ ਨਹੀਂ ਲਿਆ ਕੇ ਦਿੱਤਾ। ਲਓ ਵੀ ਹੁਣ ਆਪਾਂ ਚੱਲਦੇ ਹਾਂ, ਬਾ ਹੁਣ ਪੋਚਾ ਕਢਾ ਦਿਓ, ਬਾ ਆਪਾਂ 1.5 ਘੰਟੇ 'ਚ ਮੁੜਿਆ ਆਉਣਾ ਸਹੀ, ਅਤੇ 8 ਵਜੇ ਤੋਂ ਪਹਿਲਾਂ ਤੁਰਨਾ ਹੈਗਾ। ਫਿਰ ਨਾ ਕਹੋ, ਮੈਂ ਤਾਂ ਕਹਿਤਾ ਵੀ ਮੈਂ ਤਾਂ ਧਮਕੀ ਦੇ ਦਿੱਤੀ, ਮੈਂ ਜਾਣਾ ਹੀ ਨਹੀਂ, ਮੈਂ ਸਤਿ ਸ਼੍ਰੀ ਅਕਾਲ ਆ ਵੀ 8 ਵਜੇ ਤੋਂ ਲੇਟ ਹੋ ਗਏ, ਤੂੰ ਵੀ ਜਾਣਾ, ਅਸੀਂ ਜਾਣਾ, ਚੋਲੋ ਚੋਲੋ। ਲਓ ਵੀ ਚੱਲ ਕੇ ਕਰਾਇਆ ਅੱਗੇ, ਵੀ ਤੇਰੇ ਕੱਪੜੇ ਕੁੱਪੜੇ ਫੜ ਲੈ ਅੱਗੇ। ਲੈ ਤਾਜੂ ਕਹਿੰਦਾ ਮੈਂ ਵੀ ਨਾਲ ਜਾਊਂਗਾ, ਤਾਜੂ ਦਾ ਮੂੰਹ ਸਾਫ਼ ਕਰਨ ਵਾਲਾ, ਟਿੱਚ ਕਿਉਂ ਜਾਦਾ ਜਾਦਾ ਟਿੱਚ ਕਿਉਂ, ਪੀਲਾ ਪੁੱਤ ਦੁੱਧ। ਚਲੋ ਵੀ ਚੱਲ ਗਏ ਹੁਣ ਆਪਾਂ, ਤਾਜੂ ਹੁਣੀ ਕਹਿੰਦੇ ਅਸੀਂ ਸਪੈਸ਼ਲ ਦੌਰੇ ਤੇ ਤੁਹਾਡੇ ਨਾਲ ਜਾਵਾਂਗੇ, ਤੇ ਬਈ ਮੂਲੀਆਂ ਵੀ ਆਪਣੀਆਂ ਜਿਹੜੀਆਂ ਨਿਕਲਿਆਂਗਾ, ਜਿਹੜੀਆਂ ਆਪਾਂ ਪਹਿਲਾਂ ਲਾਈਆਂ ਸੀਗਾ 2 ਕਿਆਰੀਆਂ, ਸ਼ਾਮਾਂ ਤੱਕ ਨਾ ਇਹ ਪੂਰੀਆਂ ਵਧੀਆ, ਤੇ ਕੱਲ ਨੂੰ ਸੁਬਹਾ ਤੱਕ
ਐਨ ਬੱਲੇ ਬੱਲੇ ਵਾਲੀਆਂ ਨਿਕਲ ਆਉਣਗੀਆਂ ਤੇ ਬਸ ਹੁਣ ਪ੍ਰਮਾਤਮਾ ਸੁੱਖ ਰੱਖੇ ਮੀਂਹ ਮੂੰਹ ਵਾਲਾ ਨਾ ਮੂੰਹ ਦਿਖਾਵੇ ਸਾਨੂੰ ਕਿਉਂਕਿ ਫਿਰ ਗੁੱਸਾ ਬਹੁਤ ਚੜ੍ਹਨਾ ਸਾਨੂੰ। ਆਪਾਂ ਜਾਏ ਆ ਕੱਪੜੇ ਕੁੱਪੜੇ ਫੜ ਲਿਆ ਦਵਿੰਦਰ ਦੇ ਵੀ ਕੋਈ ਨਵੇਂ ਸੂਟ ਸੀਗੇ ਸਟਿਚ ਕਰਨੇ ਉਹ ਫੜਾਏ ਵੀ ਸੀਗੇ ਉਹਨੇ ਅੱਜ ਪਾਉਣੇ ਸੀਗੇ। ਹੁਣ ਆਪਾਂ ਚੱਲਦੇ ਕਿੱਥੇ? ਹੁਣ ਆਪਾਂ ਚੱਲਦੇ ਚੱਕੀ ਤੇ। ਚੱਕੀ ਤੇ ਕੀ ਕਰਨਾ? ਕਹਿੰਦੇ ਅੱਜ 15 ਤਰੀਕ ਅੱਜ ਭਾਰ ਤੋਲਣਾ। ਲਓ ਵੀ ਅੱਜ ਪਤਾ ਲੱਗ ਜੂ ਚੋਬਰ ਨੇ ਕਿੰਨੀ ਮਿਹਨਤ ਕਰ ਲਈ, ਕਿੰਨਾ ਭਾਰ ਘਟਾ ਲਿਆ। ਖਾਲੀ ਪੇਟ ਤੋਲਣ ਚੱਲੇ ਆ, ਖਾਲੀ ਪੇਟ। ਲੈ ਵੀ ਤਾਂ ਅੱਜ ਘੱਟ ਗਿਆ ਨਾ 3-4 ਕਿਲੋ, ਫਿਰ ਤੇਰਾ ਮੂੰਹ ਮਿੱਠਾ ਕਰਾ ਦਿਆਂਗੇ। ਤੇਰੇ ਆਸਰਾ ਪ੍ਰਮਾਤਮਾ ਘਟਾ ਦੇ 4-5 ਕਿਲੋ ਭਾਰ ਬਸ। ਤੇਰੇ ਘਰ ਮੈਨੂੰ ਬਾਬਾ ਚੱਲ ਹੀ ਪਿਆ। ਇਹ ਆਓ ਬੱਲੇ ਬੱਲੇ, ਕਿਤੇ ਕਿਤੇ ਚੱਲਦਾ ਨਹੀਂ ਹੁੰਦਾ ਤੇਰੇ ਕਿਤੇ। ਆ ਭਾਰ ਤਾਂ 700 ਗ੍ਰਾਮ ਹੀ ਘਟਿਆ ਜਾਂਦਾ ਹੈ। ਭਾਰ ਆਪਾਂ ਤੋਲਿਆ ਆ, ਤੁਹਾਨੂੰ ਕਿੰਨਾ ਕੁ ਲੱਗਦਾ ਮੇਰੇ ਚ ਭਾਰ ਘਟ ਗਿਆ ਹੋਊਗਾ? ਤੂੰ ਵੀ ਤੋਲ ਕੇ ਨਾ ਜੀ ਹੈ ਨਹੀਂ। ਤੁਹਾਨੂੰ ਕਿੰਨੇ ਭਾਰ ਦਾ ਫਰਕ ਲੱਗਦਾ ਹੈ ਪੀਤੇ? ਕਿੰਨੇ ਭਾਰ ਦਾ ਫਰਕ ਲੱਗਦਾ ਮੇਰਾ ਘਟ ਗਿਆ ਹੋਊ? ਬਈ ਮੇਰਾ ਢਿੱਡ ਵੀ ਵਿੱਚ ਵੜ ਗਿਆ, ਜਿਵੇਂ ਢਿੱਡ ਘਟ ਗਿਆ। ਆਹ ਜਿਹੜੇ ਹੁੰਦੇ ਆ ਕੀ ਲਵ ਹੈਂਡਲ ਲਾ ਲਓ, ਇਹ ਵਾਲਾ ਵੀ ਘਟ ਗਿਆ ਪਾਸੇ ਜੇ। ਤੇ ਪਰ ਮੇਰੇ ਚ ਭਾਰ ਪਤਾ ਕਿੰਨਾ ਘਟਿਆ? 800 ਗ੍ਰਾਮ। 800 ਗ੍ਰਾਮ ਮਤਲਬ ਕਿਲੋ ਉਹਨੂੰ ਘਟ ਗਿਆ ਗਾ, ਪੰਦਰਾਂ ਦਿਨਾਂ ਚ। ਹਾਂ ਤੇ ਮੇਰਾ ਸਰੀਰ ਦਾ ਤਾਂ ਫਰਕ ਪੈ ਗਿਆ ਨਾ, ਭਾਰ ਵੀ ਨੀ ਇੰਨਾ ਮੈਟਰ ਕਰਦਾ ਵੀ ਆਪਾਂ ਪਤਲੇ ਹੋ ਗਏ ਫਿੱਟ ਹੋ ਗਏ। ਨਹੀਂ ਯਾਰ ਹੁਣ ਸਰੀਰ ਦਾ ਬਹੁਤ ਫਰਕ ਪੈ ਗਿਆ ਪਰ ਭਾਰ ਥੋੜਾ ਘਟਿਆ, ਪਤਾ ਨੀ ਮੈਨੂੰ ਕੋਈ ਇਹ ਲੌਜਿਕ ਲੱਗਿਆ ਹੈਗਾ। ਚਲੋ ਕੋਈ ਗੱਲ ਨੀ, ਹੁਣ 15 ਦਿਨਾਂ ਨੂੰ ਫੇਰ ਜੋਖਾਂਗੇ, ਫੇਰ ਵੇਖਾਂ ਕਿੰਨਾ ਘਟਦਾ। ਤਾਜੂ ਦਾ ਸੌਂ ਵੀ ਗਿਆ, ਤੇ ਲਓ ਵੀ ਮੰਮੀ ਵਰਗੀਆਂ ਰੋਟੀਆਂ ਲਾਈ ਜਾਂਦੀਆਂ, ਕਹਿੰਦੇ ਘਰੋਂ ਖਾ ਕੇ ਜਾਇਓ। ਫੁਰੋ ਜੋ ਲਿਓ ਵੀ ਇੱਧਰ ਚਲੇ ਫੋਟੋ ਸ਼ੂਟ। ਇਹ ਤਾਜੂ ਤੂੰ ਤਾਂ ਮੇਰਾ ਮੈਚਿੰਗ ਕਰ ਲਈ ਏ, ਮੈਂ ਸਾਰਾ ਨਹੀਂ ਮੈਚਿੰਗ ਕਰਦਾ, ਮੈਂ ਪੂਜਣਾ ਵੀ ਮੈਚਿੰਗ ਕਰੀ ਬਿੱਦਾਂਗਾ। ਤਾਜੂ ਤਨ ਟਿਚ ਕਿਉਂ ਟਿਚ ਕਿਉਂ ਖਾਜਾ 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 ਟਿਚ ਕਿਉਂ। ਲਓ ਵੀ ਆਪਾਂ ਤਾਂ ਹੋ ਚੁੱਕੇ ਆ ਰੈਡੀ, ਬੱਬੂ ਵੀ ਹੋ ਗਈ, ਪੀਤੇ ਵੀ ਹੋ ਗਈ, ਤੇ ਆਪਾਂ ਉਹਦੇ ਅੱਖਣ ਨੂੰ ਆਪ ਵੀ ਹੋ ਗਈਆਂ ਰੈਡੀ। ਤੇ ਉਹਨੇ ਆਪਦੀਆਂ ਫੋਟੋ ਫਾਟਮਾਂ ਖਿੱਚੀ ਜਾਂਦੀਆਂ, ਤਾਜੂ ਨਾਲ ਰੀਲਾਂ ਬਣਾਈ ਜਾਂਦੀਆਂ, ਤੇ ਬਸ ਹੁਣ ਰੋਟੀ ਪਾਣੀ ਛਕਣਾ ਗਾ, ਦਵਿੰਦਰ ਰੈਡੀ ਹੋਈ ਜਾਂਦੇ, ਉਹ ਤੋਂ ਬਾਅਦ ਸਿੱਧਾ ਨਿਕਲ ਪੈਣਾ ਗਾ। ਲਓ ਵੀ ਆਪਾਂ ਹੋ ਚੁੱਕੇ ਹਾਂ ਤਿਆਰ। ਤੇ ਬਈ ਨਾ ਆਹ ਪੈਂਟ ਪਾਉਣ ਤੋਂ ਮੈਂ ਬੜਾ ਚਾਲੂ ਹੁੰਦਾ ਸੀਗਾ, ਡਰਦਾ ਬਹੁਤ ਸੀਗਾ। ਇਹ ਮੇਰੇ ਕੋਲ 2 ਪੈਂਟਾਂ ਇਹਦੇ ਨਾਲ ਦੀਆਂ, ਇਹ ਮਤਲਬ ਕਿ ਹਾਰਡ ਵਾਲੀਆਂ ਹੈਗੀਆਂ, ਸਟ੍ਰੈਚ ਨਹੀਂ ਹੁੰਦੀਆਂ, ਸਟ੍ਰੈਚ ਨਹੀਂ ਹੁੰਦੀਆਂ, ਸਟ੍ਰੈਚੇਬਲ ਤਾਂ ਵਧੀਆ ਹੁੰਦੀਆਂ, ਕਿਉਂਕਿ ਨਾ ਉਦੋਂ ਭਾਰ ਜਿਹਾ ਵਧਿਆ ਹੋਇਆ ਸੀਗਾ, ਜਾਂ ਲਾ ਲਓ ਇੱਥੋਂ ਆਹ ਥਾਵਾਂ ਤੋਂ ਪੱਟਾ। ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਵੀ ਵਾਕਈ ਦਿਲ ਖੁਸ਼ ਆਹ ਆਊਟਫਿਟ 'ਚ ਲੱਗਦਾ ਪਤਲਾ ਤੁਹਾਨੂੰ ਪਹਿਲਾਂ ਵਾਲੇ ਵਲੌਗਾਂ ਨਾਲੋਂ, ਜਿਹੜੀਆਂ ਸੀਗੀਆਂ ਫਸ ਜਾਂਦੀਆਂ ਸੀਗੀਆਂ। ਤੇ ਹੁਣ ਭਾਰ ਮੈਂ ਦੇਖੀ ਨਾ, ਭਾਰ ਘਟਿਆ ਨੀਗਾ, ਫੈਟ ਲੂਜ਼ ਹੋਈ ਹੈ ਤੇਰੀ। ਫੈਟ ਆ ਜਿਹੜੀ ਜਿਵੇਂ ਆਪਾਂ ਡੰਡ ਡੁੰਡ ਲਾ ਲੈਂਦੇ ਆ ਜਾਂ ਹੋਰ, ਫੈਟ ਲੂਜ਼ ਹੋ ਕੇ ਤੇ ਜਾਂ ਜਿਵੇਂ ਮਸਲ ਬਿਲਡ ਹੋਣ ਲੱਗ ਜਾਂਦੇ ਐਂ ਲਾ ਲਓ, ਇਹ ਹਿਸਾਬ ਕਿਤਾਬ ਜਿਹਾ ਬਣ ਗਿਆ ਨਾ। ਕਿਉਂਕਿ ਜੇ ਭਾਰ ਘਟੇ ਤਾਂ ਫਿਰ ਗੱਲਬਾਤ ਵੀਕਨੈਸ ਵੀ, ਵੈਸੇ ਜੇ ਭਾਰ ਘਟੇ ਤਾਂ ਕਹਿੰਦੇ ਵੀਕਨੈਸ ਵੀ ਹੁੰਦੀ, ਜੇ ਫੈਟ ਲੂਜ਼ ਹੋਏ ਫਿਰ ਵੀਕਨੈਸ ਨਹੀਂ ਹੁੰਦੀ, ਵੀ ਹੁੰਦੀ ਹੈ ਜੇ ਭਾਰ ਘਟਦਾ ਤੇ ਨਾਲੇ ਹੁੰਦਾ ਬੰਦੇ ਦਾ ਮੂੰਹ ਦਾ ਵੀ ਫਰਕ ਪੈ ਜਾਂਦਾ ਹੈਗਾ, ਮੂੰਹ ਹੋਰ ਹੀ ਡੱਲ ਜਿਹਾ ਹੋ ਜਾਂਦਾ। ਤੇ ਅੱਜ ਮੈਨੂੰ ਬੜੀ ਖੁਸ਼ੀ ਹੋਈ, ਹੁਣ ਮੈਂ ਕਿਹਾ ਇਹ ਵਾਲੀਆਂ ਪੈਂਟਾਂ ਪਾਇਆ ਕਰਾਂ, 2-3 ਸਾਂਭੀਆਂ ਪਈਆਂ ਸੀਗੀਆਂ ਸਿਰਫ ਵਿਆਹ ਤੋਂ ਬਾਅਦ 1-2 ਵਾਰੀ ਪਾਈਆਂ ਹੈਗੀਆਂ। ਤੇ ਇੱਧਰ ਦੇਖੋ ਪਹਿਲਾਂ ਪੜਾਕੇ ਪੈਣ ਲੱਗ ਗਏ, ਕਹਿੰਦੇ ਰੋਟੀਆਂ ਪਹਿਲਾਂ ਕਹਿੰਦੇ ਛਕਾਂਗੇ ਬਾਅਦ ਦੇ ਵਿੱਚ ਤਿਆਰ ਹੋਵਾਂਗੇ, ਜ਼ਿਆਦਾ ਕਾਹਲੀ ਸੀਗੀ ਰੋਟੀ ਖਾਣ ਦੀ। ਚੱਲ ਫਿਰ ਦਵਿੰਦਰ ਖਿੱਚਦੇ ਕੰਮ ਸਾਡੇ ਰੋਟੀ ਖਾਂਦੇ ਖਾਂਦੇ। ਲਓ ਵੀ ਆਪਾਂ ਵੀ ਛਕ ਲਈਏ, ਮੈਂ ਭੂਆ ਭੂਆ ਹਰੀਆਂ ਨੂੰ ਕਾਹਤੋਂ ਤੰਗ ਕਰਨ ਆ ਗਿਆ, ਜਾ ਕੇ ਦੁਪਹਿਰੇ ਕੁਛ ਨਾ ਕੁਛ ਖਾ ਲਾਂਗੇ, ਤੇ ਉਹਨਾਂ ਚਿਰ ਆਪਾਂ ਆਪਦਾ ਬਣਾ ਕੇ ਘਰੇ ਖਾ ਲੈਂਦੇ ਹਾਂ। ਬਾਏ ਬਾਏ ਰੋਨੀ ਕਾਹਤੋਂ, ਆਪਾਂ ਤਾਂ ਅੱਜ ਤਾਂ ਤੈਨੂੰ ਲੰਮਾਂਗੇ, ਝੂਟਾ ਮਿਲੂਗਾ ਹੈ। ਚਲੋ ਫਿਰ ਸਮਾ ਦੇ ਉਹਨਾਂ ਦਾ ਭਰਾ, ਉਦੋਂ ਹੀ ਪਤਾ ਲੱਗੇ ਜਦੋਂ ਆਪਾਂ ਫਲੜੀ ਪਹੁੰਚ ਗਏ।
ਦੱਸਣਾ ਨੀ ਇਹਨਾਂ ਨੂੰ ਵੀ ਅਸੀਂ ਆਉਣੇ ਆ ਕਿਆ ਬਾਤ ਮਾਹੌਲ ਬਣ ਚੁੱਕਿਆ ਭੂਆ ਕੇ ਪਿੰਡ ਨੂੰ ਜਾਣ ਵਾਲੀ ਸੜਕ ਆ ਜਿਹੜੀ ਫੋਰ ਲੇਨ ਬਣ ਗਈ ਆ ਹੋਰ ਕੀ ਤਾਂ ਸਿਕਸ ਲੇਨ ਹੀ ਲੱਗਦੀ ਆ ਮੈਨੂੰ ਕਿਉਂਕਿ ਬਹੁਤ ਘੈਂਟ ਬਣ ਗਈ ਆ ਬਈ ਆਹ ਸੜਕਾਂ ਸਹੀ ਆ ਲੋਕਾਂ ਵਾਲੀਆਂ ਉਹ ਦੂਜੇ ਵਾਲੇ ਪੱਥਰ ਜਾਣੇ ਐਵੇਂ ਟਾਇਰ ਘਸਾਉਣ ਨੂੰ ਥਾਂ ਹੀ ਕਰੇ ਵੇ ਇਹਨਾਂ ਨੇ ਬੈਠਣ ਸਾਰੇ ਐ ਡਿੱਗ ਪੈਣਾ ਮਰੇ ਕੁੱਤੇ ਨੂੰ ਘਬਰਾਹਟ ਜੇ ਤੈਨੂੰ ਚੜ੍ਹਨੀ ਉਦੋਂ ਆਪਾਂ ਪਿੰਡ ਆ ਜਾਣਾ ਤੇ ਜੇ ਦਿੱਲੀ ਦੁੱਲੀ ਜਾਣਾ ਪੈ ਜਾਵੇ ਤੂੰ ਤਾਂ ਫੇਰ ਔਖਾ ਹੀ ਇਧਰ ਆਣਾ ਵਰਤ ਰੱਖ ਕੇ ਜਾਇਆ ਕਰਨਾ ਫਿਰ ਤੂੰ ਨਹੀਂ ਖਾਣ ਦੀ ਨੀ ਮੈਨੂੰ ਕੋਈ ਚੱਕਰ ਭੁੱਖੀ ਵੀ ਆ ਜਾਵੇ ਚੜ੍ਹਨੀ ਆ ਤਾਂ ਉਹ ਵੀ ਚੜ ਜਾਂਦੀ ਕਈ ਵਾਰੀ ਮੈਂ ਹੁਣ ਘਰੋਂ ਕੁਛ ਖਾ ਕੇ ਵੀ ਆਵਾਂ ਤਾਂ ਵੀ ਨੀ ਚੜਦੀ ਦਵਿੰਦਰ ਕਹੇ ਮੈਨੂੰ ਸਾਰਿਆਂ ਘਰਾਂ ਘਬਰਾਹਟ ਚੜ੍ਹ ਜੇ ਕੱਲੀ ਮਰੂਤੀ 800 ਚ ਨਹੀਂ ਚੜ੍ਹਦੀ ਜਿਹੜੀ ਅਟੈਂਡੈਂਟ ਨਹੀਂ ਜਿਹੜੀ ਜਮਾਂ ਪੁਰਾਣਾ ਮਾਡਲ ਆਉਂਦੀ ਮਰੂਤੀ ਮੈਂ ਕਿਹਾ ਸਾਲਾ ਲੋਕ ਤਰੱਕੀ ਦਾ ਕਰਦੇ ਸੁਣੇ ਹੈਗੇ ਤੇ ਨੀਵੇਂ ਜਾਂਦੇ ਪਹਿਲੇ ਵਾਰੀ ਸੁਣੇ ਆ ਐ ਵੀ ਲੋਕ ਉਹਦੇ ਅੱਖ ਨੂੰ ਆਹ ਵੇਚ ਕੇ ਵੱਡੀ ਲੈ ਲਈ ਉਹ ਤੋਂ ਵੇਚ ਕੇ ਉਡੂ ਵੱਡੀ ਆ ਚੀਜ਼ ਲੈ ਲਈ ਆ ਵਧੀਆ ਲੈ ਲਈ ਹੁਣ ਮੈਂ ਕਿਹਾ ਤੇਰੇ ਵਾਸਤੇ ਹੁਣ ਉਹਦੇ ਅੱਖ ਨੂੰ I20 ਵੇਚ ਕੇ ਮਰੂਤੀ ਕਿੱਥੋਂ ਲਿਆ ਕੇ 30,000 ਦੀ ਹੈ ਤੇ ਲਓ ਬਈ ਚੱਲ ਗਏ ਓਕੇ ਓਕੇ ਕੋਈ ਚੱਕਰ ਨਹੀਂ ਹੈ ਜਾ ਵੜਦੇ ਆ ਆ ਵੀਰਪਾਲ ਨਾ ਬਈ ਸਾਰੀਆਂ ਆਪਣੀਆਂ ਡਿਮਾਂਡਾਂ ਦੱਸੀ ਜਾਂਦੀਆਂ ਲਓ ਵੀ ਫਿਰ ਫੱਲੜ ਐਂਡ ਪਾਰਟੀ ਤਿਆਰ ਆ ਸਵਾਗਤ ਵਾਸਤੇ ਉਹ ਆ ਗਈ ਟੈਂ 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 ਤੇਲ ਤੂਲ ਦਾ ਚੋਇਆ ਹੀ ਨਹੀਂ ਮੈਨੂੰ ਤਾਂ ਤੇਲ ਤੂਲ ਚੋਣਗੇ ਮੈਂ ਕਿਹਾ ਤੇਲ ਤੂਲ ਚੋਣਗੇ ਤੇਲ ਤੂਲ ਦਾ ਚੋਇਆ ਹੀ ਨਹੀਂਗਾ ਮੈਂ ਚੱਲ ਸਵਰੀਨ ਨੂੰ ਕੋਈ ਖਾਣ ਪੀਣ ਵਾਸਤੇ ਦੇ ਦਾਂਗੇ 100-200 ਸਵਰੀਨ ਨਹੀਂ ਧੋਤਾ ਲਾਇਦਾ ਹੈ ਪੋਚਾ ਇਸੇ ਨਹੀਂ ਲਾਇਆ ਨਾ ਫਿਰ ਤਾਂ ਕਰਕੇ ਕਿਵੇਂ ਫਿਰ ਕੀ ਹਾਲ ਆ ਆ ਤੂੰ ਥਾਂ ਧੋਤਾ ਹਾਂ ਮੈਨੂੰ ਤਾਂ ਲੱਗਿਆ ਕਿਤੇ ਤੂੰ ਧੋਤਾ ਸਤਿ ਸ੍ਰੀ ਅਕਾਲ ਨੂਰ ਕਿਵੇਂ ਮੈਂ ਤੁਸੀਂ ਕਹਿੰਦੇ ਆਉਂਦੇ ਆਉਂਦੇ ਮੈਂ ਜਾਈ ਅੱਗੇ ਚੱਲ ਜਿਹੜਾ 2 ਘੰਟੇ ਟਾਈਮ ਹੈਗਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲਿਬੜਿਆ ਉਹਨੇ ਪਿਆ ਆਹ ਤਾਜੂ ਦਾ ਉਲਝੀ ਫਿਰਦੀ ਬਾਲਾਂ ਜੀ ਤਾਜੂ ਤਨ ਕਿੱਥੇ ਆ ਗਈ ਓਏ ਟਿਚਕਿਓ 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 ਹਾਏ ਹਾਏ ਉਹਦੇ ਬਾਲਾਂ ਮੂੰਹ ਜਾ ਪੈ ਜਾਣ ਆ ਬਾਲ ਕਾ ਹੈ ਉਹਦਾ ਉਹਦੇ ਆ ਸਿਰ ਨਾਲ ਜੁੜੇ ਵੇ ਆ ਹੱਚੀ ਜਾਂਦੀ ਆ ਹਾਂਜੀ ਤੁਸੀਂ ਫਿਰ ਕੋਈ ਕੰਮ ਕੁੰਮ ਕਰਿਆ ਕੋਈ ਕੰਮ ਕੁੰਮ ਕਰਿਆ ਕਰ ਫਿਰ ਤੂੰ ਵਿਹਲਾ ਗਾ ਤੂੰ ਉਰੇ ਆ ਜਾ
ਤੂੰ ਆ ਕੁੜਤਾ ਪਜਾਮਾ ਕਿਵੇਂ ਘਰੇ ਪਾਈ ਫਿਰਦਾ? ਬੱਬੂ ਦੀ ਜਾਗੋ ਤੇ ਕੀ ਪਾਏਗਾ? ਨੂਰ ਤਾਂ ਸੱਚ ਦੇਖਣ ਵੀ ਨੀ ਗਈ ਕੁੜੀ ਨੂੰ, ਦੇਖਣ ਗਈ ਸੀ ਹਸਪਤਾਲ, ਪਤਾ ਲੈਣ ਗਈ ਸੀ, ਦੇਖਣ ਵਾਂਦੀ ਨਹੀਂ ਗਈ, ਪਤਾ ਲੈਣ ਗਈ ਸੀ ਹਨਾ ਰਾਜੂ, ਭੂਈ ਗਈ ਸੀ ਨਾ ਤੈਨੂੰ ਦੇਖਣ, ਆਹੋ ਪਹਿਲੇ ਤਾਂ ਦੇਖ ਕੇ ਆਏ ਆਏ ਲੇਤੇ ਦਾ ਹੀ ਜਾ ਗਿਆ ਤੂੰ, ਅਰੇ ਉਹ ਯਾਰ ਨਾ ਖਿੱਚੋ ਯਾਰ, ਮੈਂ ਨੀ ਝੂਟੇ ਝਾਟੇ ਦਵਾਉਂਦਾ ਹੁੰਦਾ, ਵਧਾਈਆਂ ਤਾਂ ਦਿੱਤੀਆਂ ਨੀ ਤੂੰ, ਕਾਹਦੀਆਂ ਵਧਾਈਆਂ, ਨਹੀਂ ਮੈਂ ਨੀ ਝੂਟਾ ਦਿੰਦਾ, ਉਹ ਖੜ ਜਾ ਯਾਰ, ਇੱਕ ਤਾਂ ਬੜਾ ਤੰਗ ਕਰਦਾ ਤੁਸੀਂ, ਤੁਸੀਂ ਡਿੱਗਣਾ ਪਿਓ, ਰੱਖ ਤਾਂ ਲਵੋਗੇ ਜੇ ਕੁੱਟਿਆ ਫੇਰ, ਹੈ ਜੇ ਕੁੱਟਿਆ ਇਹਨੂੰ ਫੇਰ ਕੇਸ ਕਰ ਦੂ ਮੈਂ, ਠੀਕ ਆ ਨਾ, ਥਾਣੇ ਵਾਲੇ ਲੈ ਜਾਣਗੇ ਮੁੜ ਕੇ ਤੈਨੂੰ ਫੜ ਕੇ, ਕੁੜੀ ਨੂੰ ਕੁੱਟੀ ਜਾਂਦੇ ਤੁਸੀਂ, ਤੇ ਉਲਝ ਜਾਂਦੀ ਹੋਣੀ ਆ, ਦੇਖ ਕੇ ਮੈਂ ਕਿਹਦੇ ਕੰਨੀ ਝਾਕਾਂ ਕਿਹੜੇ ਨੂੰ ਛੱਡਾਂ, ਸਵਾਦ ਹੀ ਬਣ ਗਿਆ, ਖੋਪਾ ਜਿਹਾ ਲੱਗਿਆ ਨਾ ਉੱਤੇ, ਇਹ ਬੜਾ ਸਵਾਦ ਆ, ਆਹ ਬੜਾ ਸਵਾਦ ਆ ਖੋਪਾ ਜਿਹੜਾ ਉੱਤੇ ਨਾ ਲੱਗਿਆ ਵੈਦੇ, ਇਹ ਬਾਲੇ ਨਜ਼ਾਰੇ ਲਿਆਉਂਦਾ, ਖਾਣੀ ਗੁਰਸ ਮੇਰਾ ਆ ਜਾ, ਚੱਲ ਦੇ ਦੇ ਆ ਲੈ, ਚੱਲ ਮੈਂ ਤਾਂ ਨੀ ਖਾਂਦਾ ਤੁਸੀਂ ਖਾ ਲਓ ਯਾਰ, ਸਵਾਦ ਬਹੁਤ ਆ, ਤੂੰ ਸਲਾਮੀਆਂ ਤੇ ਜਾ ਕੇ ਬਹਿ ਜੀ ਬੱਬੂ ਨਾਲ, ਜਦੋਂ ਬਾਵਾ ਸਾਰਾ ਭਰ ਗਈ ਦੀ ਝੋਲੀ ਜੀ, ਜਦੋਂ ਤੂੰ ਬਟੂਕੇ ਚ ਪਾਉਣ ਲੱਗੀ ਮੁੱਠੀ ਇੱਕ ਜੇਬ ਚ ਪਾਲੀ, ਹੈਂ ਓਏ ਲਾਗੀ ਦੀ ਥਾਂ ਤੇ ਖੜੇਗੀ, ਲਾਗੀ ਵਾਲੀ ਥਾਂ ਤੇ ਜਿਹੜੇ ਭਾਂਡੇ ਭੁੰਡੇ ਮਾਂਜਦਾ ਹੁੰਦਾ, ਪਰ ਉਹਨੂੰ ਭਾਂਡੇ ਮਾਂਜਣੇ ਪੈਂਦੇ ਸਾਰੇ ਵਿਆਹ ਚ, ਤੂੰ ਮੇਰੀ ਗੱਲ ਸੁਣ, ਜਿਹਦੇ ਪੈਸੇ ਪਾਉਣ ਲੱਗੀਆਂ ਪਰਸ ਚ, ਇੱਕ ਅੱਧੀ ਬੁੱਕ ਭਰ ਕੇ ਤੇ ਜੇਬ ਚ ਪਾ ਲਿਆ, ਕਿ ਨਹੀਂ ਕਿਹੜਾ ਪਤਾ ਲੱਗਣਾ ਗਾ ਇੰਨੇ ਪੈਸਿਆਂ ਚ, ਤੇ ਮੈਂ ਤੇਰੇ ਕੋਲ ਹੀ ਆਊਂਗਾ, ਮੇਰੀ ਜੇਬ ਚ ਪਾ ਦੀ, ਬਾਅਦ ਚ ਅੱਧੋ ਅੱਧ ਕਰ ਲਾਂਗੇ ਆਪਾਂ, ਠੀਕ ਆ, ਹਾਂ ਅੱਧੋ ਅੱਧ ਕਰ ਲਾਂ ਫਿਰ, ਕੈਮਰੇ ਆਪਾਂ ਬੰਦ ਕਰਾ ਦਾਂਗੇ ਉੱਥੋਂ, ਤੂੰ ਬਸ ਮੈਨੂੰ ਫੜਾ ਦੇਣੀ ਮੁੱਕੀ ਐ ਭਰ ਕੇ, ਮੈਂ ਪਾਲੂ ਜੇ ਅੱਧੇ ਤੇਰੇ ਅੱਧੇ ਮੇਰੇ, ਕੋਈ ਨਾ ਆਦੇ ਕੇ ਐਫ ਸੀ ਖਾ ਆਵਾਂਗੇ, ਹਾਂ ਖਾ ਪੀ ਆਵਾਂਗੇ ਆਦੇ ਕੁਛ, ਅਸੀਂ ਖਾ ਪੀ ਆਵਾਂਗੇ ਆਦੇ ਕੁਛ, ਅਸੀਂ ਅਜਾ ਗਿਆਨੀ ਨੂੰ ਦਿਓ ਇੱਕ ਅੱਧੀ ਗੁਲਾਬ ਜਾਮਣ, ਉਹ ਝਾਕੀ ਜਾਂਦਾ ਵਿਚਾਰਾ, ਆ ਲੈ ਅੱਛਾ ਵਾ ਚੱਕ, ਆਗਮ ਦਾ ਆਪਣੀ ਜੀ ਆ, ਇੱਧਰ ਚੱਟ ਚੱਟ ਹੀ ਸਾਫ਼ ਕਰਦੇ ਆ, ਆ ਜਾ ਗੁਲਾਬ ਜਾਮਣ, ਉਹ ਹੈਗਾ ਗੁਰਸਮੇਰ ਤਾਂ ਖਾਈ ਜਾਂਦਾ, ਦੋ ਦੋ ਇੱਕ ਹੋਰ ਚੱਕ ਲਾ, ਬਾਹਰ ਤਾਂ ਬੰਦ ਆ, ਆ ਲਓ ਜੀ ਅਸੀਂ ਖੋਲੀ ਜਾਣੀ ਵਾਜੇ ਤਾਂ ਆਟੋ, ਇਹ ਤਾਂ ਬਿਨਾਂ ਚਾਬੀ ਤੋਂ ਹੀ ਆ, ਬਿਨਾਂ ਚਾਬੀ ਤੋਂ ਹੀ ਆ ਬਸ, ਤੇ ਹੋਰ ਹਾਂ ਲਓ ਵੀ ਹੁਣ ਆਪਾਂ ਚੱਲੇ ਝੂਟਾ ਲੈਣ, ਤੁਹਾਨੂੰ ਪਤਾ ਨਾ ਜਦੋਂ ਨਵੀਂ ਚੀਜ਼ ਜਦੋਂ ਫੁੱਫੜ ਕੇ ਸਾਡੇ ਕੋਲ ਗੱਡੀ ਲੈ ਕੇ ਆਈ ਲਈ ਹੋਇਆ ਨਵੀਂ, ਅਸੀਂ ਬਹੁਤ ਝੂਟੇ ਲਏ ਸੀਗੇ ਉਹਦੇ 'ਤੇ, ਹੁਣ ਸਾਰੇ ਜਵਾਕ ਕਹਿੰਦੇ ਵੀ ਚਲੋ ਝੂਟੇ ਲੈ ਕੇ ਆਉਣੇ ਹੈ ਨਾ,
ਗਾਣੇ ਵੀ ਸੁਣਾ ਦੇ ਮਿਊਜ਼ਿਕ ਵੀ ਸੁਣਾ ਦੇ ਚਲੋ ਫਿਰ ਠੀਕ ਆ ਉਰੇ ਲਿਆ ਉਰੇ ਲਿਆ ਉਰੇ ਬਾਬੂ ਫੜੀ 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 ਨਹੀਂ 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 ਫੜੀ ਫੜ ਉਰੇ ਫੜਾ ਇਹਦਾ ਜਾ ਤੇਰੇ ਫੜਦਾ 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 ਲੋ ਵੀ ਸਾਰੇ ਜਣੇ ਹੁਣ ਬੈਠ ਕੇ ਗੱਲਾਂ ਬਾਤਾਂ ਮਾਰ ਰਹੇ ਆ ਤੇ ਲੋ ਵੀ ਫੜਦਾ 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 ਬਾਬੂ ਇਹਨੂੰ ਫੜਦਾ ਦੋਨਾਂ ਨੂੰ ਲਿਆ ਉਰੇ ਦੋਨਾਂ ਨੂੰ ਮੈਂ ਤਾਂ ਇਹਨਾਂ ਨੂੰ ਦਾਣੇ ਖੜ ਜੋ ਖੜ ਆਹ ਬੰਦਾ ਸਿਆਣਾ ਸਾਡਾ ਗੱਲਾਂ ਹਨਾ ਸਿਆਣਾ ਨਾ ਤੂੰ ਕਾਕਾ ਇਹ ਸਿਆਣਾ ਹੈਗਾ ਦੰਦ ਕੱਢੀ ਜਾਂਦਾ ਓ ਤੂੰ ਕੀ ਆ ਇਹ ਮੱਛਰ ਤੂੰ ਮਛਰੀ ਹਨਾ ਜਾ ਤੇਰੇ ਸ਼ੁਕਰ ਆ ਬਾਬਾ ਸਵਰੀਨ ਵਰਗੇ ਨੇ ਵੀ ਜੂੜੇ ਜਾੜੇ ਕਰਵਾ ਹੀ ਲਏ ਮੈਨੂੰ ਆਸ ਉਮੀਦ ਤਾਂ ਨਹੀਂ ਸੀ ਵੀ ਸਾਡੇ ਹੁੰਦੇ ਹੁੰਦੇ ਕਰਵਾਉਣਗੇ ਹੈ ਓਏ ਗੁਰਸਮੇਰ ਕਰਵਾ ਲਿਆ ਜੂੜਾ ਚੱਲ ਫਿਰ ਪਾ ਕੱਪੜੇ ਕੁੱਪੜੇ ਚੱਲ ਗਏ ਪਿੰਡ ਸਾਡੇ ਨਾਲ ਸਾਡੇ ਨਾਲ ਜਾਣਾ ਨੀ ਪਿੰਡ ਨਹੀਂ ਨਹੀਂ ਤੂੰ ਸਾਡੇ ਨਾਲ ਚੱਲ ਤੂੰ ਤਿਆਰ ਹੋ ਜਾ ਬਸ ਆਪਦਾ ਹੁਣ ਠੀਕ ਆ ਫਿਰ ਅਸੀਂ ਤਾਂ ਚੁੱਪ ਕਰਕੇ ਟਾਈਮ ਨਾਲ ਖਾ ਕੇ ਰੋਟੀਆਂ ਸੌਂ ਜਾਵਾਂਗੇ ਤੁਸੀਂ ਪਾਈ ਚੱਲੋ ਕਿੱਦਾਂ ਹੈਨਾ ਭੂਆ ਹਾਂ ਅੱਗੇ ਕਹਿੰਦੇ ਦੇਖੋ ਤੇ ਵਿਆਹ ਵੇਲੇ ਇੱਕ ਘੰਟਾ ਕਿੱਦਾਂ ਪਾਈ ਹੁਣ ਦੋ ਘੰਟੇ ਪਾਉਣਾ ਫਿਰ ਬੰਦੇ ਫਿਰ ਤਾਂ ਕੱਲੀਆਂ ਬੁੜੀਆਂ ਬੁੜੀਆਂ ਤੁਸੀਂ ਲੇਡੀ ਸੰਗੀਤ ਰੱਖ ਲਓ ਅਜਿਹਾ ਆਰਾਮ ਦੇ ਨਾਲ ਖਾ ਕੇ ਰੋਟ ਕੇ ਟਾਈਮ ਨਾਲ ਹਾਂ ਟਾਈਮ ਨਾਲ ਨੀ ਪੂਰਾ ਕਰਦੇ ਹੁਣ ਮੇਰੇ ਵਿਆਹ ਵੇਲੇ ਲੇਟ ਹੀ ਬਾਹਲਾ ਕਰਤਾ ਜਦੋਂ ਕੰਮ ਪਹਿਲਾਂ ਆਉਣ ਲੱਗਿਆ ਸੀ ਏਖੂ ਵਾਲੇ ਲੇਟ ਹੋ ਗਏ ਐਂ ਕਰਦੇ ਕਰਾਉਂਦੇ ਨਹਾਈ ਤੂੰ ਵੀ ਲੇਟ ਹੋ ਗਈ ਫਿਰ ਜਾਗੋ ਵੀ ਲੇਟ ਹੋ ਗਈ ਬੱਬੂ ਦੇ ਵਿਆਹ ਵਾਲੇ ਤਾਂ ਨਾਨਕਿਆਂ ਨੂੰ ਕਿਹਾ ਵੀ ਦਸ ਸਾਢੇ ਦਸ ਗਿਆਰਾਂ ਵਜੇ ਨੂੰ ਆ ਜਾਓ ਵੀ ਜਿਹੜਾ ਜਿਹੜੇ ਇਹਦੇ ਨਹਾਈ ਧੋਈ ਆ ਆਪਾਂ ਚਾਰ ਕੁ ਵਜੇ ਦੇ ਨੂੰ ਕਰ ਲਈਏ ਬਸ ਤੁਸੀਂ ਹੁਣ ਤੁਸੀਂ ਐਂ ਵੇਖ ਲਓ ਇੱਕ ਹਫ਼ਤੇ ਦੇ ਆਪਦੇ ਕੱਪੜੇ ਸਵਾ ਲਿਓ ਸਾਰੇ ਜਿਹੜੇ ਵੀ ਰਾ ਇੱਕ ਹਫ਼ਤੇ ਦਾ ਖਾਣਾ ਜਿਹੜਾ ਉੱਧਰ ਅਸਾਂ ਦੇ ਘਰ ਆਉਣਾ ਜਦੋਂ ਆਉਣਾ ਹੀ ਆ ਉੱਧਰ ਨੀ ਜਾਣਾ ਨਾਲੇ ਨਾਲੇ ਭੂਆ ਡਿਜ਼ਾਈਨ ਸਾਰਿਆਂ ਦੇ ਇੱਕੋ ਜਿਹੇ ਬਣ ਜਾਣਗੇ ਕਿ ਨਹੀਂ ਮਹਿੰਦੀ ਵਾਲੇ ਦਿਨ ਕੋਈ ਡੀਜੇ ਨਹੀਂ ਸਿਰਫ ਗਿੱਧਾ ਹੀ ਪਾਉਣਾ ਮਹਿੰਦੀ ਲਵਾ ਕੇ ਗਿੱਧਾ ਪਾਇਓ ਟਕਾ ਕੇ ਆਪਦਾ ਮਿਲੋ ਤੇ ਚੱਲ ਗਿਆ ਸੀ ਆਵਾਂਗੇ ਜਿੱਦਣ ਕਾਰਡ ਦੇਣ ਆਏ ਉਦਣ ਰਾਤ ਲਾ ਕੇ ਜਾਵਾਂਗੇ ਤੁਹਾਡੇ ਕੋਲ ਚਲੋ ਸਿੱਧਾ ਕਾਰ ਚ ਚੱਲ ਗਏ ਫਿਰ ਪਾਲਾ ਲੀੜੇ ਜਾਣਾ ਤਾਂ ਝੂਟਾ ਲੈਣਾ ਤਾਂ ਹੈ ਲਓ ਵੀ ਓਏ ਤਾਜੂ ਚਾਹ ਨੂਰ ਦੀਦੀ ਕੋਲੇ ਜਾਇਆ ਭੂਆ ਸੱਚ ਚਲੋ ਫਿਰ ਮਿਲੋ ਚੱਲ ਗਏ
ਫੁੱਫੜੀ ਜੀ ਨੇ ਚੱਕੀ ਨੀ ਸੀਗੀ, ਹੁਣ ਚੱਕੀ ਆ। ਤੁਸੀਂ ਚੱਕ ਲੈਣਾ ਫੁੱਫੜੀ ਜਵਾਕ ਹੈ ਤਾਜ ਵਤਨ ਚਿਚਕਿਉਂ। ਹਜੇ ਤਾਂ ਕਾਰਡ ਦੇਣ ਆਉਣਾ ਬੀਤੇ, ਤੂੰ ਪਹਿਲੀਆਂ ਜੀ ਉਹ ਕਰੀ ਜਾਂਦੀ ਹੈਗੀ, ਉਦੋਂ ਕਹਿ ਕੇ ਜਾਵਾਂਗੇ ਰਾਮਦਾਰੀ ਨਾਲ ਕਿ ਨਹੀਂ ਤੁਸੀਂ ਵੀ ਆਉਣਾ ਠੀਕ ਹੈ ਨਾ। ਓਏ ਤਾਜ ਵਤਨ ਚਿਚਕਿਉਂ ਚਿਚਕਿਉਂ ਕਿਚ 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 ਕਿਚ। ਚਲੋ ਫਿਰ ਬੈਠੋ। ਬੈਗ ਹੀ ਕੱਢ ਲਾਂਗੇ। ਆ ਫੁੱਫੜੀ ਨੂੰ ਕੀ ਨੀ ਦੱਸਿਆ, ਉਹਨੂੰ ਬੈਗ ਨੀ ਗੱਡੀ ਗੱਡੀ ਦਿੰਦੀ, ਉਵੇਂ ਮਾਰਤਾ ਗੱਪ। ਮੈਂ ਕੱਲੇ ਆਊਂਗਾ, ਹੁਣ ਖਰਚਾ ਵੀ ਕੱਢਾਂਗੇ ਕਿ ਨਹੀਂ। ਚਲੋ ਵੀ ਚੱਲ ਗਏ। ਜਵਾਕਾਂ ਦਾ ਮਸਾਂ ਸਿਆਈ ਆ ਬਈ ਤਾਜੂ ਹੈ, ਤਾਜੂ ਦਾ ਖੇੜਾ ਨਹੀਂ ਛੱਡਦੇ, ਫੜਾਉਂਦੇ ਹੀ ਨਹੀਂ ਗਏ। ਹੁਣ ਸਵਰੀਨ ਨੇ ਚੱਕ ਲਈ, ਹੁਣ ਮਨਤੇਸ਼ ਨੇ ਚੱਕ ਲਈ। ਮਨਤੇਸ਼ ਕਹਿੰਦੀ ਕਾਰ 'ਚ ਬਹਿ ਕੇ ਫੇਰ ਫੜਾਉਂਗੀ ਸਾਰਿਆਂ ਨੂੰ। ਬਸ ਆ ਜੀ, ਐਸੀ ਦੀ ਕਮੀ ਸੀਗੀ ਸਾਡੇ ਕੋਲੇ, ਬਸ ਹੋਰ ਤਾਂ ਬਾਕੀ ਸਭ ਕੁਝ ਓਕੇ, ਰਿਪੋਰਟ ਠੀਕ ਆ। ਓਏ ਦਵਿੰਦਰ ਸੌਣ ਨੂੰ ਆਈ ਆ ਤੂੰ, ਅਸੀਂ ਤਾਂ ਗੱਲਾਂ ਮਾਰ ਮਾਰ ਕੇ ਸਾਡੀਆਂ ਜਬਾਨਾਂ ਸੁੱਕ ਗਈਆਂ, ਪਾਣੀ ਪੀਤਾ ਤੇ ਨਰੀ ਦੇਣੇ ਮੌਜਾਂ ਨਾਲ ਸਿਰਹਾਣਾ ਲਾ ਕੇ ਸੌਂ ਗਈ ਆ। ਇੱਧਰ ਤਾਜ ਵਤਨ ਵੇਖ ਲਓ ਫੇਸ ਤੇ ਪਈ ਆ, ਇਹ ਤੇਰੇ ਪੈਣ ਵਾਸਤੇ ਨੀ ਪੁੱਤ ਦਿੱਤਾ ਭੂਆ ਨੇ, ਇਹ ਵਾਪਸ ਕਰਨਾ ਆਪਾਂ ਵਿਆਹ ਵੇਲੇ ਕਿਸੇ ਨਾ ਕਿਸੇ ਸੂਟ ਨਾਲ ਲਾ ਕੇ, ਤਾਂ ਕਰਕੇ ਦਿੱਤਾ ਭੂਆ ਨੇ ਆਪਾਂ ਨੂੰ ਹੈ। ਤੇ ਬਈ ਸਹੀ ਗੱਲ ਆ, ਫਿਰ ਹੁਣ ਇੰਨੇ ਕੇਸ ਕਿਹਨੇ ਲੈਣੇ ਆ, ਲੈਣ ਦੇਣ ਚਾਹੀ ਜਿਹੜੇ ਆਏ ਆ ਉਹ ਵਾਪਸ ਵੀ ਜਾਣਗੇ ਨਾ ਵੀ। ਲਓ ਵੀ ਘਰੇ ਆਉਣ ਸਰ ਦੇਖਿਆ ਆਪਣਾ ਪਾਰਸਲ ਐਪ, ਅੱਜ ਦੇ ਦਿਨ ਦੇ ਇੱਕ ਚਮਚਾ ਰਹਿ ਗਿਆ ਸੀਗਾ ਚੀਆ ਸੀਡਸ ਦਾ। ਓਏ ਤਾਜੂ ਛੁਣਿਆ ਕਿੱਥੇ ਚੱਲਿਆ ਤੂੰ, ਦਾਦੀ ਦਾਦੂ ਬੁਲਾਈ ਜਾਂਦੇ ਆ। ਤੇ ਲਓ ਵੀ ਘਰੇ ਪਹੁੰਚ ਗਏ ਆਪਾਂ, ਮਾਤਾ ਰੰਗਾਂ ਲਾਈ ਜਾਂਦੀਆਂ ਗਈਆਂ। ਦਾਲ ਨੂੰ ਤੜਕਾ ਕੀ ਬਣਾਇਆ, ਹਾਂ ਛੋਲੇ ਪਨੀਰ ਦੀ ਕਹਿੰਦੇ ਸਬਜ਼ੀ ਬਣ ਚੁੱਕੀ, ਉਧਰੋਂ ਬੱਕਰਾ ਵੀ ਪਹੁੰਚ ਰਿਹਾ ਬਠਿੰਡੇ ਤੋਂ। ਕਿਵੇਂ ਹਾਂ ਸੱਚ, ਕੱਲ ਨੂੰ ਚਿੱਲੀ ਬਣਾਓ, ਆਪਣੇ ਹੱਥ ਬੱਕਰਾ ਆ ਰਿਹਾ ਬਠਿੰਡੇ ਤੋਂ ਤੁਰਿਆ ਹੋਇਆ ਬਸ। ਤੇ ਬਾਕੀ ਅੱਜ ਦੇ ਵਲੋਗ ਦਾ ਵੀ ਕਰਦੇ ਹਾਂਗੇ ਇੱਥੇ ਐਂਡ, ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਦੇਖਿਆ ਵਧੀਆ ਵਧੀਆ। ਤੇ ਪੀਤੇ ਰੰਗਾਂ ਦੇਖਣ ਜਾਣ ਲੱਗ ਗਈਆਂ ਉਹ ਫਿਲਮ ਅਰਦਾਸ, ਪੂਰੇ ਪੂਰਾ ਚਲਚਾਟ ਪਾਇਆ, ਗਾਹ ਪਾਇਆ ਮੈਂ ਕਹਿਣਾ ਯਾਰ। ਹੋਰ ਤੇ ਲੋ ਵੀ ਪੀਤੇ ਰੰਗਾਂ ਦੇਖਣ ਲੱਗ ਗਈਆਂ ਅਰਦਾਸ ਮੂਵੀ, ਮੈਂ ਘਰ ਕਹਿੰਦਾ ਆਪਾਂ ਦੇਖਣੀ ਸੀ, ਆਪਾਂ ਨੂੰ ਵਧੀਆ ਨਹੀਂ ਸੀ ਲੱਗਦੀ, ਸੋ ਤਾਂ ਕਰਕੇ। ਤੇ ਬਾਕੀ ਅੱਜ ਦੇ ਵਲੋਗ ਦਾ ਕਰਦੇ ਹਾਂਗੇ ਇੱਥੇ ਐਂਡ, ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖੀ ਲਾਈਕ ਕੀਤੇ ਬਿਨਾਂ ਬਿਲਕੁਲ ਨਹੀਂ ਜਾਂਦਾ ਵੀ ਜਿਹੜੇ ਜਿਹੜੇ ਵੀ ਚੈਨਲ 'ਤੇ ਨਵੇਂ ਜੁੜੇ ਕਰ ਲਓ ਸਬਸਕ੍ਰਾਈਬ, ਸੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਬ ਕੇ ਮਿਲਦਾ ਕੱਲ੍ਹ ਹੋਰ ਨਵੇਂ ਜਿਹੇ ਵਲੋਗ ਨਾਲ। ਟਿਲ ਦਿਨ ਬਾਬਾ ਟੇਕ ਕੇਅਰ, ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ।